ए भाई ओड़ 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 ਆਰੇ ਨਾਲ ਦਾ ਭੱਜ ਗਿਆ ਮੇਰਾ ਘਰੇ ਦਾ ਮੋਬਾਈਲ ਵੀ ਲੈ ਗਿਆ ਮੈਨੂੰ ਚੱਕ ਮਿਲ ਗਿਆ ਸਰਿੰਜ ਬਈ ਕੋਲ ਇਹ ਔਰ ਨੇ ਸਿਵਿਆਂ 'ਚ ਬਿਆ ਟੈਟ ਹੋਇਆ ਦੇਖ ਲਓ ਕੋਈ ਸੁੱਟ ਨਹੀਂ ਸਾਨੂੰ ਫਿਕਰਿਆ ਮਰ ਨਾ ਜਾਵੇ ਇਹਨਾਂ ਨੂੰ ਸਾਰਿਆਂ ਨੂੰ ਟੀਕੇ ਲਾਉਂਦੇ ਉੱਧਰ ਨਾ ਲੱਗੇ ਟੀਕਾ ਲਾ ਕੇ ਜ਼ਿਆਦਾ ਅਟੈਕ ਹੋ ਗਿਆ ਟੀਕਾ ਲਾ ਕੇ ਜ਼ਿਆਦਾ ਉੱਠ ਯਾਰ ਉੱਠ ਉੜ 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 ਮੋਬਾਈਲ ਵੀ ਲੈ ਗਿਆ ਫਿਰ ਬਚਾਉਂਦਾ ਪਾਣੀ ਨਾਲ ਸਾਹ ਰੁਕ ਜਾਂਦਾ ਚਲੋ ਉੱਠ ਓਏ ਭਾਅ ਜੀ ਤੁਹਾਡੇ ਨਾ ਪਿੰਡ ਦਾ ਇੱਥੇ ਇੱਕ ਮੁੰਡਾ ਕੋਈ ਭੁਪਿੰਦਰ ਕੁਮਾਰ ਦਾ ਸਨ ਆਫ ਹੈਗਾ ਰਾਮਪਾਲ ਇਹ ਸਿਵਿਆਂ ਦੀ ਟੀਕਾ ਲਾ ਕੇ ਮਰਿਆ ਦੀ ਹਾਲਤ 'ਚ ਬਿਆ ਜੀ ਹੁਣ ਮਾੜੇ ਮੋਟੇ ਉਹਦੀ ਛਾਤੀ 'ਤੇ ਕਰਦੇ ਜਦੋਂ ਘੜੈਂ ਘੜੈਂ ਕਰਦਾ ਫਿਰ ਉੱਦਾਂ ਹੀ ਪਿਆ ਕੋਈ ਸੁੱਟ ਨਹੀਂ ਇਹਦੇ ਨਾਲ ਕੋਈ ਮੁੰਡਾ ਸੀਗਾ ਸਾਡੇ ਆਉਣ ਤੋਂ ਪਹਿਲਾਂ ਇਹਦਾ ਮੋਬਾਈਲ ਲੈ ਕੇ ਭੱਜ ਗਿਆ ਉਹ ਇਕੱਠਿਆਂ ਨੇ ਟੀਕਾ ਲਾਇਆ ਇਹਨਾਂ ਨੇ ਮੈਂ ਤੁਹਾਡਾ ਨੰਬਰ ਲੱਭਿਆ ਮੈਂ ਉਹਦਾ ਆਧਾਰ ਕਾਰਡ ਮੇਰੇ ਹੱਥ 'ਚ ਵਟਸਐਪ ਚੱਲਦਾ ਜੀ ਤੁਹਾਡੇ 'ਤੇ ਮੈਂ ਹੁਣੇ ਤੁਹਾਨੂੰ ਭੇਜਦਾ ਦੇਖੋ ਅਸੀਂ ਤਾਂ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੇ ਨੂੰ ਹਸਪਤਾਲ ਲਈ ਆਈਏ ਕੀ ਕਰੀਏ ਓਕੇ ਜੀ ਓਕੇ ਮੈਂ ਭੇਜਦਾ ਮੋਬਾਈਲ ਆ ਦੇਖਾਂ ਮੈਂ ਘਰ ਥਾਣੇ ਜਾ ਕੇ ਬੇਇੱਜ਼ਤੀ ਕਰਾਉਂਗਾ ਚੰਗਾ ਰਹੂੰਗਾ ਨਾਲ ਦਾ ਭੱਜ ਗਿਆ ਇਹਦਾ ਮੋਬਾਈਲ ਵੀ ਨਹੀਂ ਕੋਈ ਦੇਖਦਾ ਇਹਦੇ ਘਰੇ ਰੱਖ ਦਈਏ ਇੱਧਰ ਪਿਆ ਉਰਲੇ ਪਾਸੇ ਲੱਗਦਾ ਕੈਪਸੂਲ ਲਈ ਜੇਬਾਂ ਭਰੀਆਂ ਦੁਕਾਨ ਤੇ ਬੈਠੇ ਸੀਗੇ ਨਾਲ ਮਿਲੇ ਸੀਗੇ ਸਿਕਲਾਨੀ ਸਾਹਿਬ ਪਰਮਿੰਦਰ ਸਿਕਲਾਨੀ ਸਾਨੂੰ ਫੋਨ ਆਇਆ ਵੀ ਮੁੰਡਾ ਇੱਕ ਮਰਿਆ ਪਿਆ ਸਿਵਿਆਂ 'ਚ ਅਸੀਂ ਭੱਜ ਕੇ ਦੋਨੋਂ ਪਹੁੰਚੇ ਹਾਂ ਜੀ ਉੱਥੇ ਜਦੋਂ ਜਾ ਕੇ ਦੇਖਿਆ ਮੁੰਡਾ ਅੱਧ ਮਰਿਆ ਪਿਆ ਹੋਇਆ ਸੀਗਾ ਫਿਰ ਅਸੀਂ ਉਹਦਾ ਐਡਰੈਸ ਲੱਭਿਆ ਆਧਾਰ ਕਾਰਡ ਲੱਭਿਆ ਉਹ ਤੋਂ ਉਹਦਾ ਪਿੰਡ ਪਤਾ ਲੱਗਾ ਲਸਾਰਾ ਲਸਾਰੇ ਪੰਚ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਮੁੰਡਾ ਕਿੱਦਾਂ ਆ ਉਹਨੇ ਦੱਸਿਆ ਵੀ ਮੁੰਡਾ ਨਸ਼ਈ ਆ ਹਾਲਤ ਉਹਦੀ ਇੰਨੀ ਮਾੜੀ ਸੀ ਨਾ ਭਾਅ ਜੀ 3 ਘੰਟੇ ਹੀ ਉੱਥੇ ਬੈਠੇ ਦੇ ਕੋਲ ਪੁਲਿਸ ਨੂੰ ਫੋਨ ਕੀਤਾ ਐਸ ਪੀ ਡੀ ਸਾਹਿਬ ਨੂੰ ਫੋਨ ਕੀਤਾ ਵੀ ਭਾਈ ਬੰਦਾ ਇੱਥੇ ਮਰ ਜਾਣਾ ਭੇਜੋ ਕਿਸੇ ਨੂੰ ਘੰਟੇ ਬਾਅਦ ਪੁਲਿਸ ਆਈ ਉਹ ਤੋਂ 1 ਘੰਟੇ ਬਾਅਦ ਜਦੋਂ ਫੋਨ ਕੀਤਾ ਐਂਬੂਲੈਂਸ ਆਈ ਮਤਲਬ ਕਿ ਉਹਦੀਆਂ ਜੇਬਾਂ 'ਚ ਮੁੰਡੇ ਦੀ ਕੈਪਸੂਲ ਸੀ ਸਰਿੰਜ ਉਹਦੇ ਕੋਲ ਪਈ ਜੀ ਬਾਂਹ 'ਚੋਂ ਕੱਢੀ ਸਰਿੰਜ ਉੱਥੇ ਰੱਖੀ ਹੋਈ ਸੀ ਨਾਲ ਦਾ ਕੋਈ ਸਾਥੀ ਸੀ ਉਹ ਭੱਜ ਗਿਆ ਇੰਨਾ ਮਾੜਾ ਹਾਲ ਸੀ ਨਾ
ਦੇਖ ਕੇ ਸਾਡੇ ਦਿਮਾਗ 'ਚ ਇਹੀ ਆਇਆ ਜਿਹੜਾ ਕਹਿੰਦਾ ਸੀ ਪੰਜਾਬ ਨੂੰ ਮੈਂ ਰੰਗਲਾ ਬਣਾਉਣਾ ਅਤੇ ਨਸ਼ੇ ਵਿੱਚ ਰੋਲਤੀ ਜਵਾਨੀ ਸਾਡੀ ਹੋਏ ਇਹ ਹਾਲਾਤ ਸੀਗੇ ਉੱਥੇ। ਉੱਥੋਂ ਅਸੀਂ ਰੌਲਾ ਪਾ ਕੇ ਐਂਬੂਲੈਂਸ 'ਚ ਪਾ ਕੇ ਉੱਥੇ ਬਹੁਤ ਬੰਦੇ ਦੇਖਣ ਬਹੁਤ ਆਏ, ਕਈਆਂ ਨੂੰ ਬੇਨਤੀ ਕੀਤੀ ਅਸੀਂ ਵੀ ਭਾਈ ਸਾਹਿਬ ਕੋਲ ਸਾਡਾ ਸਾਥ ਦਿਓ, ਕੋਈ ਰਿਕਸ਼ਾ ਹੀ ਲਿਆਓ, ਰਿਕਸ਼ੇ 'ਚ ਪਾ ਕੇ ਲੈ ਜਾਂਦੇ ਮੁੰਡੇ ਨੂੰ, ਪਰ ਕੋਈ ਵੀ ਨਹੀਂ ਮੰਨਿਆ, ਕੋਈ ਨੂੰ ਚੱਕਣ ਨੂੰ ਕੋਈ ਨੂੰ ਦੇਖਣ ਨੂੰ ਤਿਆਰ ਨਹੀਂ ਹੋਇਆ। ਉਸ ਤੋਂ ਬਾਅਦ ਕਿੱਥੇ ਉਹਨਾਂ ਨੂੰ ਐਡਮਿਟ ਕਰਾਇਆ? ਉਸ ਤੋਂ ਬਾਅਦ ਐਂਬੂਲੈਂਸ ਦੇ ਵਿੱਚ ਉਹਨੂੰ ਸਿਵਲ ਹਸਪਤਾਲ ਲੈ ਗਏ ਜੀ ਨਵੇਂ ਸ਼ਹਿਰ, ਉੱਥੇ ਦਾਖਲ ਕਰਾਇਆ। ਅੱਜ ਅਸੀਂ ਪਤਾ ਕੀਤਾ ਉਹਦੀ ਸਿਹਤ ਥੋੜ੍ਹੀ ਜਿਹੀ ਠੀਕ ਆ। ਇੱਥੇ ਭਾਈ ਜ਼ਿਆਦਾ ਪੱਕੀ ਪੁਲਿਸ ਲਾਓ ਜਾਂ ਬੰਦੇ ਚੱਕੋ, ਕੈਮਰਾ ਕੀ ਰੋਲਾ ਜਾਂ ਚੱਕੂਗੇ ਡੀ ਵੀ ਆਰ ਦੇ ਵਿੱਚ, ਉਹ ਵੀ ਤਾਂ ਵੇਚਦੇ ਆਊਗੇ। ਸਾਡੀ ਕਮੇਟੀ ਖੜੀ ਆ, ਸਾਨੂੰ ਜਿੱਥੇ ਕਹੂਗੇ ਅਸੀਂ ਗਵਾਹੀ ਦਿਆਂਗੇ। ਇਹਦਾ ਮਤਲਬ ਇਹ ਥੋੜ੍ਹੀ ਉਹ ਵੇਚੀ ਜਾਣ, ਲੋਕ ਮੁੰਡੇ ਮਰੀ ਜਾਣ, ਕੋਈ ਹੈ ਹੀ ਨਹੀਂ ਦੇਖ ਰਹੇ। ਅੱਛਾ ਕਮਲ ਜੀ, ਜਿਹੜੇ ਬੱਚੇ ਲੱਗੇ ਹੋ ਆ, ਮੁੰਡੇ ਜਿਹੜੇ ਲੜਕੇ ਲੱਗੇ ਹੋ ਇਹਨਾਂ ਨਸ਼ੇ ਨੂੰ, ਉਹਨਾਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਬਈ ਉਹਨਾਂ ਨੂੰ ਤਾਂ ਮੈਂ ਇਹੀ ਕਹੂੰਗਾ, ਕਮ ਸੇ ਕਮ ਆਪਣੇ ਮਾਂ ਪਿਓ ਵੱਲ ਤਾਂ ਦੇਖੋ, ਜਿਹੜੇ ਇੰਨੀ ਮਿਹਨਤ ਕਰਕੇ ਤੁਹਾਨੂੰ ਪੜ੍ਹਾਉਂਦੇ ਲਿਖਾਉਂਦੇ ਆ, ਇਹਨਾਂ ਦਾ ਹੀ ਤਰਸ ਖਾ ਲਓ, ਇਹਨਾਂ ਦਾ ਹੀ ਖਿਆਲ ਕਰ ਲਓ, ਛੱਡ ਦਿਓ। ਪਰ ਜਦ ਤੱਕ ਨਸ਼ਾ ਵਿਕਣੋ ਬੰਦ ਨਹੀਂ ਹੁੰਦਾ, ਮੁੰਡੇ ਪੀਣੋ ਕਿੱਦਾਂ ਹਟਦੇ? ਜਾਂ ਉਹਨਾਂ ਨੂੰ ਇੱਕ ਦੁਕਾਨ ਬੰਦ ਹੁੰਦੀ, ਦੂਜੀ ਖੁੱਲ੍ਹ ਜਾਂਦੀ ਆ, ਚਾਹੇ ਕੋਈ ਵੀ ਨਸ਼ਾ ਆ, ਜਦ ਬੰਦੇ ਨੂੰ ਤਲਬ ਲੱਗਦੀ ਬੰਦੇ ਨੇ ਲੈਣਾ ਹੀ ਲੈਣਾ। ਮੁੰਡੇ ਵੀ ਕਿੱਦਾਂ ਸ਼ੁਰੂ ਹੋਏ, ਮਿਲਣਾ ਬੰਦ ਹੋਵੇ ਆਪੇ ਹਟੂਗੇ, ਮੈਡੀਕਲ ਦਵਾਈਆਂ ਲੈ ਕੇ ਠੀਕ ਹੋਊਗੇ। ਪਰ ਚਾਹੁੰਦਾ ਨਹੀਂ, ਨਾ ਸਰਕਾਰ ਚਾਹੁੰਦੀ ਨਾ ਪ੍ਰਸ਼ਾਸਨ ਚਾਹੁੰਦਾ, ਦੋਨੋਂ ਚਾਹੁੰਦੇ ਵਿਕੀ ਜਾਵੇ, ਸਾਨੂੰ ਕੀ ਆ? ਤੁਸੀਂ ਆ ਕੇ ਕਿਤੇ ਹਾਲਾਤ ਤਾਂ ਦੇਖੋ, ਮੈਂ ਤੁਹਾਨੂੰ ਦਿਖਾਲਾ ਗਲੀਆਂ 'ਚ ਕਿੱਦਾਂ ਰਸ਼ ਪਿਆ ਹੁੰਦਾ। ਸਾਜਨ ਜੀ, ਜਿਹੜੇ ਸਰਕਾਰ ਵੱਲੋਂ ਕਈ ਨਸ਼ਾ ਕੇਂਦਰ, ਛੁਡਾਊ ਕੇਂਦਰ ਖੋਲ੍ਹੇ ਗਏ ਆ, ਸਰਕਾਰ ਤਾਂ ਯਤਨ ਕਰਦੀ ਆ ਵੀ ਬੱਚੇ ਬਾਜਣ, ਲਾਉਂਦੀ ਆ ਜੀ ਮੁੰਡਿਆਂ ਨੂੰ। ਦੇਖੋ ਇਹ ਕੈਟਨੋਗ ਦੀ ਗੋਲੀ ਲਾਈ ਹੋਈ ਆ ਪੰਜਾਬ ਦੇ ਵਿੱਚ, ਉਹ ਵੀ ਨਸ਼ਾ ਹੀ ਆ, ਇਹ ਤਾਂ ਮੁੰਡਿਆਂ ਨੂੰ ਲਾਉਂਦੇ ਆ। ਉਹ ਕੀ ਕਰਦੇ, ਜੀਭ ਥੱਲੇ ਰੱਖਣ ਵਾਲੀ ਕਹਿ ਦਿੰਦੇ, ਮੁੰਡੇ ਨਾਕੜਾਂ ਖਿੱਚਦੇ ਆ, ਅਸੀਂ ਤੁਹਾਨੂੰ ਉਹ ਵੀ ਵੀਡੀਓ ਦੇ ਦਿੰਦੇ ਹਾਂ। ਸਰਕਾਰ ਛਿਣਾਉਂਦੀ ਨਹੀਂ, ਸਰਕਾਰ ਤਾਂ ਆਪ ਲਾਉਂਦੀ ਆ। ਮੈਂ ਤਾਂ ਹੀ ਤਾਂ ਵਾਰ ਵਾਰ ਕਹਿੰਦਾ, ਦੇਖ ਸਰਕਾਰ ਤੇਰੇ ਰਾਜ ਵਿੱਚ ਸਾਰੇ ਕਿਤੇ ਚਿੱਟਾ ਵਿਕਦਾ, ਸਰਕਾਰ ਬਕਾਉਂਦੀ ਹੈ ਜੀ। ਅੱਗੇ ਭਗਵੰਤ ਮਾਨ ਲੋਕਾਂ ਨੂੰ ਕਹਿੰਦਾ ਸੀ ਸਰਕਾਰਾਂ ਬਕਾਉਂਦੀਆਂ ਤਾਂ ਹੀ ਚਿੱਟਾ ਵਿਕਦਾ, ਅਤੇ ਹੁਣ ਉਹ ਆਪ ਬਕਵਾਉਂਦਾ ਪਿਆ। ਅਸੀਂ ਤਾਂ ਸ਼ਰੇਆਮ ਕਹਿੰਦੇ ਹਾਂ, ਸਾਡੇ ਇੱਥੇ ਲੀਡਰਾਂ ਨੂੰ ਪੁੱਛਾਂਗੇ ਵੀ ਚਲੋ ਸਾਡੇ ਨਾਲ ਆਹ ਗਰੁੱਪ ਬਣਿਆ, ਹੁਣ ਤੁਸੀਂ ਦੇਖੋ ਨਿੱਤ ਇੱਥੇ ਲੀਡਰ ਆਉਂਦੇ, ਨਵੇਂ ਨਵੇਂ ਪੈਲਸ ਦੇ ਵਿੱਚ ਵੀ ਆਉਂਦੇ ਰੋਜ਼, ਕਦੀ ਇਹਨਾਂ ਨੇ ਕਿਹਾ ਗਰੁੱਪ ਲਾਏ ਨੇ? ਗਰੁੱਪ ਪੈਲਸ ਦੇ ਵਿੱਚ ਨਿੱਤ ਕੋਈ ਨਾ ਕੋਈ ਲੀਡਰ ਤੁਰਿਆ ਹੁੰਦਾ, ਜਿਹੜੇ ਮੋਹਤਵਾਰ ਬਣੇ ਫਿਰਦੇ। ਅੱਜ ਤੱਕ ਇਹਨਾਂ ਨੇ ਕਿਹਾ ਲੀਡਰ ਨੂੰ ਵੀ ਚਿੱਟਾ ਬੰਦ ਕਰਾ? ਇਹ ਤਾਂ ਆਪ ਸਹਿਮਤ ਹੈ ਹਰੇ ਗਰੁੱਪ ਵਾਲੇ, ਜਿਹੜੇ ਚੁੱਪ ਚਾਪ ਦੇਖੀ ਜਾਂਦੇ ਆ। ਜੇ ਗਰੁੱਪ 'ਚ ਵਿਕਦਾ ਮੈਂ ਗਰੁੱਪ ਨੂੰ ਕਹੂੰਗਾ, ਔਰ 'ਚ ਵਿਕਦਾ ਔਰ ਨੂੰ ਕਹੂੰਗਾ। ਇਸ ਟਾਈਮ ਸ਼ਰੇਆਮ ਗਰੁੱਪ 'ਚ ਵਿਕਦਾ ਪਿਆ, ਕੌਣ ਰੋਕੂਗਾ? ਉਹ ਜਿੰਨਾ ਨਿਆਣੇ ਮਰ ਗਏ ਉਹ ਵੀ ਨਹੀਂ ਕੁਛ ਕਿਤੇ, ਅਸੀਂ ਇਕੱਲੇ ਕਿੱਥੇ ਜਾਵਾਂਗੇ, ਕਿਹਨੂੰ ਕਿਹਨੂੰ ਫੜਾਂਗੇ? ਮੈਂ ਜਦ ਤੱਕ ਜੀਂਦਾ ਮੈਂ ਸਰਕਾਰ ਨੂੰ ਸ਼ੀਸ਼ਾ ਦਿਖਾਈ ਜਾਣਾ ਜੀ, ਆਹ ਦੇਖ ਲਓ ਚਿੱਟਾ ਵਿਕਦਾ, ਸਰਕਾਰ ਜੋ ਮਰਜ਼ੀ ਕਰੀ ਹੋਵੇ ਮੇਰੇ 'ਤੇ ਪਰਚੇ ਪਾਉਣ, ਜੋ ਮਰਜ਼ੀ ਕਰਨ, ਮੈਂ ਇੱਦਾਂ ਸ਼ੀਸ਼ਾ ਦਿਖਾ ਲੂੰਗਾ ਲਓ ਜੀ ਵਿਕਦਾ ਬਾਅਦ।